ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਉਮੀਦਵਾਰ ਸਰਦਾਰ ਲਖਵੀਰ ਸਿੰਘ ਲਕਾ ਜੋ ਕਿ ਚੌਂ ਮੈਦਾਨ ਵਿੱਚ ਉਤਰੇ ਹਨ ਅੱਜ ਉਹ ਨਾਮਕਰਨ ਕਾਗਜ਼ ਪੜਨ ਜਾ ਰਹੇ ਹਨ ਜਗਰਾਉਂ ਤੋਂ ਡਾਕਟਰ ਰਜਤ ਖੰਨਾ ਦੀ ਵਿਸ਼ੇਸ਼ ਰਿਪੋਰਟ ਡੀਸੀ ਰੇਡੀਓ ਪੰਜਾਬ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਵਾਰਡ ਨੰਬਰ 9 ਵਿਖੇ ਜਿੱਥੋਂ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਰਦਾਰ ਲਖਵੀਰ ਸਿੰਘ ਲੱਖਾ ਚੋਣ ਮੈਦਾਨ 'ਚ ਉਤਰਨ ਜਾ ਰਹੇ ਨੇ ਆਓ ਕੁਝ ਵਾਰਤਲਾਬ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ ਸਰਦਾਰ ਲਖਵੀਰ ਸਿੰਘ ਜੀ ਲੱਖਾ ਜੀ ਨਾਲ ਲੱਖਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਇਗੁਰ ਜੀ ਦਾ ਵਾਇਗੁਰ ਜੀ ਕੀ ਫਤਿਹ ਲੱਖਾ ਜੀ ਤੁਸੀਂ ਚੋਣ ਮੈਦਾਨ 'ਚ ਉਤਰਨ ਜਾ ਰਹੇ ਹੋ ਅੱਜ ਕਾਗਜ਼ ਪੜਨ ਜਾ ਰਹੇ ਹੋ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਨੂੰ ਜੀ ਮੇਰੇ ਵਾਰਡ ਵਾਸੀਆਂ ਵੱਲੋਂ ਬਹੁਤ ਜ਼ਿਆਦਾ ਯਾਨਕੀ ਪਿਆਰ ਮਿਲ ਰਿਹਾ ਵਾ ਮੈਨੂੰ ਬਹੁਤ ਜ਼ਿਆਦਾ ਉਤਸ਼ਾਹ ਵਾ ਜੀ ਤੇ ਜੋ ਉਹਨਾਂ ਨੇ ਮੇਰੇ ਕੋਲੋਂ ਆਸ ਉਮੀਦ ਰੱਖੀ ਆ ਮੈਂ ਉਹਦੇ ਤੇ ਖਰਾ ਉਤਰਾਂਗਾ ਜੀ ਲੱਖਾ ਜੀ ਜਿਸ ਤਰ੍ਹਾਂ ਕੀ ਤੁਸੀਂ ਦੇਖਦੇ ਹੋ ਤੁਹਾਡੇ ਅੱਗੇ ਦੋ ਪਾਰਟੀਆਂ ਆ ਆਪਣਾ ਕਾਲੀ ਪਾਰਟੀ ਤੇ ਕਾਂਗਰਸ ਪਾਰਟੀ ਉਹ ਵੀ ਅੱਜ ਕਾਗਜ਼ 'ਤੇ ਅੰਜਾਰੇ ਨੂੰ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਦੇਖ ਰਿਹਾ ਜੀ ਦੇਖੋ ਅਸੀਂ ਜੋ ਵੀ ਵੋਟ ਹੈ ਦਿੱਲੀ ਮਾਡਲ ਦੇ ਉੱਤੇ ਮੰਗਣੀ ਆ ਸਾਡੇ ਕੋਲੇ ਮਾਡਲ ਹੈ ਜੀ ਜੋ ਅਸੀਂ ਕਿਹਾ ਕਰਕੇ ਦਿਖਾਇਆ ਇਹਨਾਂ ਕੋਲੇ 70 ਸਾਲ ਹੋ ਗਏ 73 ਸਾਲ ਇਹਨਾਂ ਨੇ ਅੱਜ ਤੱਕ ਜੋ ਕੁਝ ਵੀ ਕੀਤਾ ਬਸ ਲਾਰੇ ਹੀ ਲਾਏ ਆ ਬਾਕੀ ਜੋ ਕੁਝ ਵੀ ਹੈਗਾ ਤੁਹਾਡੇ ਸਾਹਮਣੇ ਹੀ ਆ ਜੀ ਦਰਸ਼ਕੋ ਇਹਨਾਂ ਨਾਲ ਕੁਝ ਲੋਕ ਵੀ ਵਾਰਡ ਵਾਸੀ ਵੀ ਮੌਜੂਦ ਨੇ ਆਓ ਉਹਨਾਂ ਨਾਲ ਵੀ ਕੁਝ ਗੱਲਾਂ ਸਾਂਝੀਆਂ ਕਰਦੇ ਆ ਸਰ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਨਾਲ ਸਾਰੇ ਵਾਰਡ ਵਾਸੀ ਅੱਜ ਕਾਗਜ਼ ਭਰਨ ਜਾ ਰਹੇ ਆ ਸਾਰੇ ਵਾਰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜਾ ਰਹੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਕਵਰੇਜ ਕਰਨ ਪਹੁੰਚੇ ਹੋ ਮੇਨ ਮਾਰਕਸ ਸਾਡਾ ਕੀ ਆ ਕਿ ਜੋ ਕਾਉਂਸਲ ਦੇ ਵਿੱਚ ਕਰਪਸ਼ਨ ਆ ਬੇਈਮਾਨੀ ਆ ਉਹਨੂੰ ਖਤਮ ਕਰਕੇ ਇੱਕ ਵਧੀਆ ਮਾਡਲ ਬਣਾਇਆ ਜਾਵੇ ਜੇ ਗਰਾਉਂ ਨੂੰ ਅਸੀਂ ਵਾਰਡ ਨੰਬਰ 9 ਨੂੰ ਇੱਕ ਵਧੀਆ ਨਮੂਨੇ ਦੇ ਤੌਰ ਤੇ ਬੇਸ਼ ਕਰਾਂਗੇ ਔਰ ਝਾੜੂ ਦੀ ਜਿੱਤ ਕਰਕੇ ਅਸੀਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਅਸੀਂ ਆਪਣਾ ਅੱਗੇ ਵਧਾਂਗੇ ਸਰ ਜਿਸ ਤਰ੍ਹਾਂ ਕਿ ਆਪਾਂ ਆਮ ਦੇਖਦੇ ਆ ਤਿੰਨ ਮਤਲਬ ਵਾਰਡ ਚ ਕਾਉਂਸਲਰ ਹੁੰਦਾ ਹੈ ਕਈ ਕਾਉਂਸਲਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਮੇਟੀ ਦਾ ਕੰਮ ਕਿੱਥੇ ਕਰਾਣਾ ਹੈ ਜਾਂ ਹਸਪਤਾਲ ਚ ਜਾਣਾ ਹੈ ਜਾਂ ਕਮੇਟੀ ਚ ਜਾਣਾ ਹੈ ਸਰਟੀਫਿਕੇਟ ਲਈ ਕਿੱਥੇ ਜਾਣਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਸਰ ਬਹੁਤੇ ਕੌਂਸਲਰਾਂ ਦਾ ਤਾਂ ਮਕਸਦ ਇਹ ਹੁੰਦਾ ਕਿ ਲੋਕਾਂ ਦੇ ਰਾਜਨਾਮੇ ਕਰੌਣਾ ਜੀ ਲੱਗੇ ਰਹਿੰਦੇ ਆ ਨਾ ਉਹਨਾਂ ਨੂੰ ਵਾਰਡ ਦਾ ਕੋਈ ਪਤਾ ਹੁੰਦਾ ਵਾ ਸਾਡਾ ਕੀ ਜ਼ਿੰਮੇਵਾਰੀ ਬੰਦੀ ਕੀ ਨਹੀਂ ਬੰਦੀ ਉਹਨਾਂ ਦਾ ਇਹ ਹੁੰਦਾ ਕਿ ਆ ਥਾਣੇ ਜਾਣਾ ਉੱਥੇ ਜਾਣਾ ਇੱਥੇ ਜਾਣਾ ਬਸ ਇਹੀ ਕੰਮਾਂ ਚ ਰਹਿ ਜਾਂਦੇ ਆ ਪਰ ਜੋ ਵਾਰਡ ਦੇ ਮੇਨ ਕੰਮ ਹੁੰਦੇ ਆ ਉਹ ਨਹੀਂ ਉਹ ਕਰਦੇ ਸਰ ਜਿੱਤਾਂਗੇ ਤੁਸੀਂ ਜਾ ਰਹੇ ਹੋ ਨਾਲ ਅਗਗੂ ਸਾਹਿਬ ਇਸ ਬਾਰੇ ਤੁਹਾਡੀ ਕਿੰਨੀ ਕੁ ਖੁਸ਼ੀ ਦੀ ਲਹਿਰ ਖੁਸ਼ੀ ਦੀ ਪੂਰੀ ਲਹਿਰ ਹੈ ਉਤਸ਼ਾਹ ਪੂਰਾ ਜੀ ਉਹਦੇ ਵਿੱਚ ਕੀ ਹੈ ਕਿ ਜੋ ਮੈਡਮ ਸਰਬਜੀਤ ਕੌਰ ਮਾਨੁਕੇ ਦੀ ਨੀਤੀਆਂ ਨੇ ਉਹਨਾਂ ਨੂੰ ਅੱਗੇ ਵਧਾਉਣ ਦੇ ਲਈ ਇਹ ਲਖਵੀਰ ਸਿੰਘ ਲਖਾ ਨੂੰ ਅਸੀਂ मैडम ਨੇ ਜੋ ਕੰਮ ਜਗਰੋਂ ਦੇ ਵਿੱਚ ਕੀਤੇ ਪਹਿਲ ਦੇ ਆਧਾਰ ਤੇ ਕੀਤੇ ਜਿੱਥੇ ਵੀ ਲੋੜ ਹੈ मैडम ਦੀ मैडम ਅਦੇ ਬੋਲ ਪਹੁੰਚਦੇ ਨੇ ਕੋਈ ਐਮਐਲਏ ਹੋ ਕੇ ਉਹਨਾਂ ਕੋਲ ਕੋਈ ਇਸ ਤਰ੍ਹਾਂ ਦਾ ਗੁਮਾਨ ਨਹੀਂ ਹੈ ਕਿ ਵੀ ਮੈਨੂੰ ਕੋਈ ਬੁਲਾਉਂਦਾ ਤੇ ਮੈਂ ਜਾਣਾ ਨਹੀਂ ਉਹ ਜਿੱਥੇ ਵੀ ਕੋਈ ਤਕਲੀਫ ਛਾਏ ਜੋ ਵੀ ਬੁਲਾਊਗਾ ਉਹਦੇ ਬੋਲ ਪਹੁੰਚਦੇ ਨੇ ਉਸੇ ਕਰਕੇ ਅਸੀਂ ਇਹਨਾਂ ਨਾਲ ਸਪੋਰਟ ਕਰ ਰਹੇ ਹਾਂ ਕਿਉਂਕਿ ਉਹਨਾਂ ਦੀਆਂ ਨੀਤੀਆਂ ਸਾਫ਼ ਸਾਨੂੰ ਲੱਗਦੀਆਂ ਨੇ ਦਰਸ਼ਕੋ ਜਿੱਦਾਂ ਕਿ ਤੁਸੀਂ ਵੇਖਿਆ ਠਾਠਾ ਮਾਰਦਾ ਕੱਟ ਹੈ ਜਿਹੜਾ ਇਹ ਜਿੱਤ ਦੀ ਗਵਾਹੀ ਦੇ ਰਿਹਾ ਸਰਦਾਰ ਲਖਵੀਰ ਸਿੰਘ ਲੱਖਾ ਜੀ ਦੀ ਮੈਂ ਕੈਮਰਾਮੈਨ ਜਸਵਿੰਦਰ ਸਿੰਘ ਡਾਂਗੀਆਂ ਦੇ ਨਾਲ ਪੱਤਰਕਾਰ ਰਜਿਤ ਗਾਨਾ ਏਡੀਸੀ ਰੇਡੀਓ ਪੰਜਾਬ ਟੀਵੀ ਧੰਨਵਾਦ